ਸਤਿ ਸ਼੍ਰੀ ਅਕਾਲ ਜੀ ਪੰਜਾਬੀ ਫਿਲਮ ਟੈਲੀਵਿਜ਼ਨ ਅੱਜ ਤੋਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ ਤੁਹਾਨੂੰ ਦੱਸ ਦਈਏ ਜਿੱਥੇ ਕਿ ਇਹ ਫਿਲਮ ਅੱਜ ਰਿਲੀਜ਼ ਹੋ ਚੁੱਕੀ ਹੈ ਬਟ ਉਸ ਦੇ ਨਾਲ ਹੀ ਇਹ ਫਿਲਮ ਕੰਟਰੋਵਰਸੀ ਦੇ ਵਿੱਚ ਵੀ ਚੱਲ ਰਹੀ ਹੈ ਇਸ ਫਿਲਮ ਦੀਆਂ ਦੋ ਵਾਰ ਰਿਲੀਜ਼ ਡੇਟ ਚੇਂਜ ਹੋ ਚੁੱਕੀਆਂ ਸਨ ਬਟ ਫਾਈਨਲੀ ਹੁਣ ਟੈਲੀਵਿਜ਼ਨ ਫਿਲਮ ਸਿਨੇਮਾ ਘਰਾਂ ਦੇ ਵਿੱਚ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਇਸ ਫਿਲਮ ਵਿੱਚ ਕੁਲਵਿੰਦਰ ਬਿੱਲਾ ਮੈਂਦੀ ਠਖੜ ਗੁਰਪ੍ਰੀਤ ਕੁੱਗੀ ਬੀ ਐਨ ਸ਼ਰਮਾ ਉਹ ਖੂਬੀਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਟੈਲੀਵਿਜ਼ਨ ਦੇ ਸ਼ੁਰੂਆਤੀ ਦੌਰ ਦੇ ਆਲੇ-ਦੁਆਲੇ ਘੁੰਮਦੀ ਹੈ ਫਿਲਮ ਵਿੱਚ ਦੇਖਣ ਨੂੰ ਮਿਲੇਗਾ ਕਿ ਪੁਰਾਣੇ ਸਮੇਂ ਦੇ ਲੋਕਾਂ ਨੇ ਟੈਲੀਵਿਜ਼ਨ ਦੇ ਨਵੇਂ-ਨਵੇਂ ਆਉਣ ਤੇ ਲੋਕਾਂ ਦੀ ਕੀ ਪ੍ਰਤੀਕਿਰਿਆ ਸੀ ਨਾਲ ਹੀ ਦੇਹੇਜ ਵਰਗੇ ਮੁੱਦੇ ਵੀ ਇਸ ਫਿਲਮ ਦੇ ਵਿੱਚ ਉਠਾਏ ਗਏ ਨੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਰਣਜੀਤ ਬਾਵਾ ਨੇ ਕਿਹਾ ਕਿ ਉਸ ਨੂੰ ਇਹ ਫਿਲਮ ਦੇਖ ਕੇ ਪੁਰਾਣੇ ਦਿਨ ਯਾਦ ਆ ਗਏ ਉਹਨਾਂ ਦੇ ਬਚਪਨ ਦੀਆਂ ਕਾਫੀ ਜ਼ਿਆਦਾ ਫਿਰ ਤੋਂ ਉਹਨਾਂ ਦੀਆਂ ਅੱਖਾਂ ਸਾਹਮਣੇ ਆ ਗਈਆਂ ਇਸ ਫਿਲਮ ਦੇ ਪ੍ਰੀਮੀਅਰ ਨੂੰ ਦੇਖਣ ਤੋਂ ਬਾਅਦ ਨਾਲ ਹੀ ਉਹਨਾਂ ਨੇ ਕੁਲਵਿੰਦਰ ਬਿੱਲਾ ਦੀ ਐਕਟਿੰਗ ਨੂੰ ਵੀ ਖੂਬ ਸਰਹਾਇਆ ਤੇ ਇਹ ਫਿਲਮ ਇੱਕ ਕਾਮੇਡੀ ਬੇਸਡ ਫਿਲਮ ਹੈ ਜਿਸ ਨੂੰ ਦੇਖ ਕੇ ਆਡੀਅנס ਜ਼ਰੂਰ ਖੁਸ਼ ਹੋ ਜਾਵੇਗੀ ਤੇ ਜੇਕਰ ਆਪਾਂ ਗੱਲ ਕਰੀਏ ਇਸ ਫਿਲਮ ਦੇ ਮਿਊਜ਼ਿਕ ਦੀ ਤਾਂ ਇਸ ਫਿਲਮ ਦੇ ਸੌਂਗਜ਼ ਪਤਾ ਨਹੀਂ ਹਾਂ ਦੀਏ ਜਾਨ ਨਿਕਲੇ ਜੱਟ ਦੀ ਤੇ ਨੀ ਮੈਂ ਤੇਰਾ ਗੀਤ ਰਿਲੀਜ਼ ਹੋ ਚੁੱਕੇ ਨੇ ਤੇ ਇਹਨਾਂ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਹਾਇਆ ਜਾ ਰਿਹਾ ਹੈ ਵੈਲ ਤੁਹਾਨੂੰ ਇਸ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਚੰਗੀ ਐਕਟਿੰਗ ਕਿਸ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ